ਪਹਿਲਾ ਪਿੰਡਰਿਆਂ ਨੂੰ ਬਣਾਉਣ ਵਾਲਾ ਮਨ ਮੰਦਿਰ ਤਲ ਬੇਸ ਕਲੰਦਰ ਘਟਗੀ ਤੀਰਥ ਨਾਵਾ ਇਹ ਸ਼ਬਦ ਮੇਰੇ ਪ੍ਰਾਣ ਵਸਦਾ ਹੈ ਬਹੁਤ ਜਨਮਨਾ ਆਵਾ ਪ੍ਰੇਮ ਦੀ ਗੰਗਾ ਦੇ ਵਿੱਚ ਲਾਉਂਦੀ ਆ ਗੋਤੇ ਗੰਗਾ ਗੰਗਾ ਦੇ ਵਿੱਚ ਕਿੰਨੇ ਨਦੀ ਨਾਲੇ ਪੈਂਦੇ ਕਿੰਨੇ ਆਉਂਦੇ ਕਿੱਥੋਂ ਵੀ ਜੋਗਣੀ ਅੱਖਾਂ 'ਤੇ ਜਦੋਂ ਵਿੱਚ ਆ ਕੇ ਪੈ ਜਾਂਦੇ ਉਦੋਂ ਗੰਗੇ ਹੀ ਬਣ ਜਾਂਦੇ ਆ ਬੋਲੋ ਸੰਤ ਮਹਾਤਮਾ ਜੀ ਜੈ ਲਿਖੇ ਮਹਾਂਪੁਰਸ਼ਾਂ ਨੇ ਖੇ ਖਿਆਲ ਖਰਕ ਦਾ ਭੁੱਲ ਜਾਂਦਾ ਉਹ ਕਰਕੇ ਸਾਧੂਆਂ ਦਾ ਸਤਸੰਗ ਇੱਕ ਠਾਕ ਤੀਰਥਾਂ ਦਾ ਵਿੱਚੇ ਹੱਥ ਹੋ ਗਏ ਨਹਾ ਕੇ ਗੁਰੂ ਤੋਂ ਲੈਣਾ ਸੀ ਉਹ ਉਹਨੂੰ ਮਿਲ ਗਿਆ ਜੀਵਨ ਦਾ ਲਾਹਾ ਉਹਦੀ ਕੀ ਹੋ ਗਿਆ ਕਬੀਰ ਸਾਹਿਬ ਨੇ ਕਿਹਾ ਦੋ ਭਗਤੀ ਮਾਏ ਹੁਣ ਮਾਪਿਆਂ ਦੇ ਕੋਲ ਜਾ ਕੇ ਲੋਕਾਂ ਨੇ ਰੌਲਾ ਪਾਤਾ ਅਗਿਆਨੀ ਅਗਿਆਨੀ ਬੰਦੇ ਨੂੰ ਪਤਾ ਨਹੀਂ ਹੁੰਦਾ ਹਨੇਰਾ ਚਾਨਣ ਦਾ ਕੱਖ ਨਹੀਂ ਬਗਾੜ ਸਕਦਾ ਜੇ ਹਨੇਰਾ ਚਾਨਣ ਕੋਲ ਜਾਊ ਚਾਨਣ ਹੋ ਜੂ ਸੁੱਤਾ ਪਿਆ ਜਾਗਦੇ ਦਾ ਕੁਛ ਨਹੀਂ ਬਗਾੜ ਸਕਦਾ ਜਾਗਦਾ ਫੜ ਕੇ ਤੋਰ ਨੂੰ ਹੁਣ ਲੋਕ ਕਹਿੰਦੇ ਜਾਣਾ ਤੇਰੀ ਧੀ ਹੋ ਤੂੰ ਕਰਦਾ ਲੋਕਾਂ ਦੇ ਫੈਸਲੇ ਰਤਨ ਸੈਨ ਤੇਰੀ ਧੀ ਨੇ ਨਵਾਬ ਧਲਾਤਾ ਚੰਦ ਤੇਰੀ ਪੱਗ ਨੂੰ ਲਾਤਾ ਦਾਗ ਅਗਿਆਨੀ ਲੋਕ ਤੇ ਨਾ ਤਾਂ ਮਿੱਠੀਆਂ ਬੋਲੀਆਂ ਤੇ ਨਾਲ ਜਿਵੇਂ ਪਿਓ ਨੂੰ ਕਹਿੰਦੇ ਜਾਗਦਾ ਚਮਿਆਰ ਰਵੀਦਾਸ ਨੂੰ ਬਣਾ ਲਿਆ ਗੁਰੂ ਸਾਨੂੰ ਇਹਨਾਂ ਬਿਤਕਰਿਆ ਨੇ ਅਸੀਂ ਉਹ ਦਿਮਾਗ ਤੋਂ ਹਜ਼ਾਰਾਂ ਤੋਂ ਦੂਰ ਹਾਂ ਜਿਹਨੇ ਲੋਕ ਤਾਲੇ ਮਾਰ ਕੇ ਰਤਨ ਸਾਹਿਬ ਨੂੰ ਧੀਰਾ ਸੁਨੇਹਾ ਦਿੰਦੇ ਹੈ ਵੀਰ ਕਵਿਤਾ ਰਾਹੀਂ ਡੂਡਾ ਛੰਦ ਜੋੜੀ ਦਾ ਬਿਆਨ ਹੈ ਇਹ ਹੋਣਾ ਉਹ ਸਾਰੇ ਹੀ ਨਵਾਦ ਵਿੱਚ ਰੋਵਾ ਪੈ ਗਿਆ ਤੇ ਬੱਚਾ ਤਾਂ ਸ਼ਿਵ ਜੀ ਨੇ ਬੱਚਾ ਬੱਚਾ ਨਿੰਦਿਆ ਕਰਨ ਡਹਿ ਗਿਆ ਛਾਇਆ ਅੰਦ ਕੋਲ ਜੀ ਹੋ ਤੋ ਕਰ ਦੇ ਫਿਕਰ ਨਾ ਲੋਕ ਮਾਰੋ ਮਾਰ ਜੀ ਨਾ ਸ਼ਰਮ ਕੋਈ ਹੈ ਰਵਿਦਾਸ ਜਿਹੜਾ ਜਾਤੀ ਦਾ ਚਮਿਆਰ ਜੀ ਮੀਰਾ ਚੱਲੀ ਹੋਈ ਹੈ ਹੋਈ ਆ ਉਹ ਬਾਤ।
ਕੱਲੇ ਦੇ ਵਿਚਾਰ ਵੀ ਦਾਸ ਬੈਠੇ
ਸਵਾਮੀ ਜੀ ਮਹਾਰਾਜ ਚਾਦਰਦਾਸ ਜੀ ਜਿਨ੍ਹਾਂ ਦੇ ਮਹਾਨ ਸਿਰ ਦੇ ਉੱਤੇ ਮਹਾਨ ਗੁਰੂ ਮਹੇਸ਼ ਮੁਨੀ ਜੀ ਜਿਨ੍ਹਾਂ ਨੇ ਸੈਂਕੜੇ ਗਊਸ਼ਾਲਾ ਬਣਾਈਆਂ ਜਿਨ੍ਹਾਂ ਉੱਤੇ ਮਹਾਨ ਕਿਰਪਾ ਹੈ ਅਸੀਂ ਨਮਸਕਾਰ ਕਰਦੇ ਹਾਂ ਸਾਡਾ ਤਾਂ ਉਪਤਾਂਗ ਹੈ ਕਿ ਹੁਣ ਤੁਸੀਂ ਮਹਾਂਪੁਰਸ਼ਾਂ ਕੋਲੋਂ ਕਈ ਰੋਗ ਹੋ ਗਏ ਤੇ ਜੇ ਅੰਮ੍ਰਿਤ ਵਰਗੀ ਕਥਾ ਮੋਲਕ ਸ਼ਬਦ ਮੋਤੀਆਂ ਵਰਗੇ ਸ਼ਬਦ ਤੇ ਆਲਮ ਲੋਕ ਲੋਕਾਂ ਨੂੰ ਨਸੀਹਤ ਕਰਦੇ ਹੈ ਜਿਹੜੇ ਰੱਬ ਦੇ ਪਿਆਰੇ ਆ ਉਹ ਤਾਂ ਆਪਣਾ ਆਪ ਸਮਝਾਉਂਦੇ ਹੈ ਸਾਨੂੰ ਦਿਓ ਮਾਫੀ ਸਾਰੀ ਸੰਗਤ ਬਖਸ਼ਣ ਯੋਗ ਹੈ ਬੋਲਦੇ ਕਰੋ ਵੱਧ ਕਰਦੇ ਸ਼ਬਦ